ਜਿੱਦਾਂ ਪ੍ਰਾਣੀ ਬੋਲਿਆ ਨੇ ਹੈਗੀਆਂ ਬਾਰੀ-ਬਾਰੀ ਵਰਸੀ ਖੱਟਣ ਗਿਆ ਸੀ ਖਟ-ਖਟ ਕੇ ਲਿਆਂਦੇ ਲੱਡੂ ਲੀੜੇ ਧੌਂਦੀ ਨੂੰ ਅੱਖ ਮਾਰ ਗਿਆ ਡੱਡੂ ਤੇ ਉਸੇ ਤਰ੍ਹਾਂ ਇਹ ਵਾਲੇ ਲੱਡੂ ਆ ਜੀ ਪੰਜਾਬੀ ਲੱਡੂ ਕਹਿੰਦੇ ਆ ਕਿਲੋ ਦੇ ਵਿੱਚ 20 ਪੀਸ ਚੜ ਜਾਂਦੇ ਇਹ ਤੇ ਇਸ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਤਾਂਬੀ ਜੀ ਨੂੰ ਚਾਹੀਦਾ ਹੈ ਬੇਸਣ ਤੇ ਪਾਣੀ ਤੇ ਇਸ ਦੋਨਾਂ ਨੂੰ ਮਿਕਸ ਕਰਕੇ ਜੇ ਤਾਂ ਕਿਲੋ ਬੇਸਣਾ ਵਾ ਤੇ ਉਹਦੇ ਵਿੱਚ ਕਿਲੋ ਪਾਣੀ ਪਾ ਕੇ ਮਿਕਸ ਹੁਣ ਮਤਲਬ ਕਿ ਮਾਲ ਲੈਣਾ ਜਿੱਦਾਂ ਹਲ ਹਲਵਾਈਆਂ ਦੀ ਲੈਂਗੁਏਜ ਤਾਂ ਇਹੀ ਕਹਿੰਦੇ ਆ ਉਹਨੂੰ ਜਦੋਂ ਮਾਲਿਸ਼ ਕਰ ਲੈਣੀ ਉਹਨੂੰ ਇਦਾਂ ਮਿਕਸ ਅਪ ਕਰ ਦੇਣਾ ਪਾਣੀ ਤੇ ਉਹਨੂੰ ਤੇ ਜੋ ਆਪ ਜੀ ਦੇਖ ਰਹੇ ਹੋ ਵੀਡੀਓ ਦੇ ਵਿੱਚ ਤੇ ਇਸ ਦੇ ਨਾਲ ਨਾਲ ਆਪਾਂ ਨੂੰ ਇਹ ਚੀਜ਼ ਤਾਂ ਦੇਖਣਾ ਪੈਣਾ ਕਿ ਆਪਾਂ ਕਿਹੜੇ ਲੱਡੂ ਬਣਾਣੇ ਆ ਨਾ ਇਹ ਜਿਹੜੀ ਰੈਸਪੀ ਹੈਗੀ ਪੰਜਾਬੀ ਲੱਡੂਆਂ ਦੀ ਹੈ ਜਿੱਦਾਂ ਤੇ ਇਸ ਦੇ ਲਈ ਆਪਾਂ ਨੂੰ ਮੋਟਾ ਬੇਸਣ ਚਾਹੀਦਾ ਹੁੰਦਾ ਆ ਕਿਲੋ ਬੇਸਣ ਚਾਹੀਦਾ ਹੁੰਦਾ ਆ ਤੇ ਕਿਲੋ ਤੋਂ ਸਵਾ ਕਿਲੋ ਪਾਣੀ ਪਾ ਜੰਦਾ ਉਹਦੇ ਵਿੱਚ ਆਪਣੀ ਪੇਸਟ ਬਣਾਉਣ ਵਾਸਤੇ ਬੇਸਣ ਦੀ ਤੇ ਇਹ ਜਦ ਆਪਣਾ ਬੇਸਣ ਇਹ ਘੁਲ ਜਾਊਗਾ ਉਹਦੇ ਬਾਅਦ ਆਪਾਂ ਇਹਨੂੰ ਝਾਰਨਾ ਲੈ ਕੇ ਇੱਕ 4 ਨੰਬਰ ਦਾ 5 ਨੰਬਰ ਦਾ ਜੋ ਵੀ ਨੰਬਰ ਜਿੰਨੇ ਮोटे ਬਣਾਣੇ ਹੋ ਸਾਬ ਦੇ ਨਾਲ ਝਾਰਨਾ ਲੈ ਕੇ ਐਦਾਂ ਦਾ ਬੇਸਣ ਹੋ ਜਾਣਾ ਹੈ ਝਾਰਨਾ ਲੈ ਕੇ ਤੇ ਆਪਾਂ ਇਹਨੂੰ ਫਿਰ ਜਿਹੜਾ ਤੇਲ ਹੁਣਾਇਆ ਜੇ ਘਿਓ ਵੀ ਬਣਾ ਕੇਜ ਵੀ ਬਣਾ ਸਕਦੇ ਆ ਤੇਲ ਵੀ ਬਣਾ ਸਕਦੇ ਆ ਤੇ ਜੋ ਕੀ ਉਹ ਸੇਕ ਆ ਥੋੜਾ ਜਿਹਾ ਦੇਖ ਲਓ ਵੀ ਉਹ ਕਿਦਾਂ ਸੇਕ ਕਰ ਉਹ ਸਾਬ ਦੇ ਨਾਲ ਚਾਰਨੇ ਦੇ ਉੱਪਰ ਬੇਸਣ ਥੋੜਾ 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 ਥਰ ਪਾਈ ਜਾਣਾ ਹੈ ਤੇ ਹੌਲੀ ਹੌਲੀ ਚਾਰਨਾ ਪਿੱਛੋਂ ਜਿੱਦਾਂ ਇਹਨੂੰ ਵਜਾਈ ਜਾਣਾ ਹੈ ਤੇ ਜਦ ਵੀ ਆਪਣਾ ਜਿੱਦਾਂ ਆਪਣਾ ਇੱਕ ਡੋਰੀ ਲਾ ਲਓ ਉਹੀ ਅੱਧਾ ਕਿਲੋ ਬੇਸਣ ਇੱਕ ਕਰਨੇ ਡਿਪੈਂਡ ਹੋ ਆ ਕੇ ਕੜਾਈ ਤੁਹਾਡੇ ਜਿਕੇਦਾਂ ਤੇਲ ਰੱਖਿਆ ਹੋਇਆ ਹੈ ਨਾ ਤੁਸੀਂ ਮੋਰੇ ਕਿੰਨਾ ਸੇਕ ਆ ਉਸ ਹਿਸਾਬ ਦੇ ਨਾਲ ਘੱਟ ਸੇਕੇ ਜੀ ਵੀ ਛੱਡਣਾ ਨਹੀਂ ਹੈਗਾ ਜ਼ਿਆਦਾ ਸੇਕੇ ਜੀ ਵੀ ਨਹੀਂ ਛੱਡਣਾ ਹੈਗਾ ਉਹ ਦੇਖਣਾ ਹੈ ਜਿੱਦਾਂ ਜਿਹੜਾ ਬੰਦਾ ਬਣਾਉਂਦਾ ਹੋਵੇ ਉਹਨੂੰ ਪਤਾ ਹੋਵੇ ਤੇ ਜਿਹੜਾ ਦਾਣਾ ਹੁਣ ਆਇਆ ਉਹ ਪੂਰਾ ਪ੍ਰੋਪਰ ਚੈੱਕ ਕਰ ਲੈਣਾ ਆ ਕੱਚਾ ਨਹੀਂ ਤੇਲ ਚੋਂ ਕੱਢਣਾ ਹੈਗਾ ਪ੍ਰੋਪਰ ਚੰਗੀ ਤਰ੍ਹਾਂ ਦਾਣਾ ਝਾੜ ਕੇ ਕੜਾਈ ਦੇ ਵਿੱਚ ਤੇਲ ਦੇ ਵਿੱਚ ਤੇ ਉਸ ਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਇੱਕ ਸਾਰ ਸਾਰਾ ਦਾਣਾ ਪੱਕਿਆ ਹੋਣਾ ਚਾਹੀਦਾ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਉਹਨੂੰ ਇੱਧਰ ਚੱਕ ਕੇ ਤੇ ਆਪ ਜੀ ਚੈੱਕ ਕਰ ਸਕਦੇ ਹੋ ਹੱਥ ਦੇ ਨਾਲ ਜੇ ਤੁਹਾਨੂੰ ਲੱਗਦਾ ਥੋੜਾ ਜਿਹਾ ਨਰਮ ਆ ਫਿਰ ਉਹਨੂੰ ਤੇਲ ਦੇ ਵਿੱਚ ਪਾ ਦੇਣਾ ਆ ਦਰਵਾਜ਼ੇ ਨੂੰ ਚੱਕ ਕੇ ਬਾਹਰ ਕੱਢ ਦੇਣਾ ਤੇ ਆਪਣਾ ਪੂਰੇ ਦਾ ਪੂਰਾ ਕਾਣਾ ਆ ਜਿੰਨਾ ਵੀ ਹੋਣਾ ਜਿੱਦਾਂ ਬੇਸਨ ਜਾਂ 4 ਕਿਲੋ ਦਾ ਬਣਾਉਣਾ 3 ਕਿਲੋ ਦਾ ਬਣਾਉਣਾ 2 ਦਾ ਬਣਾਉਣਾ ਸਭ ਤੋਂ ਪਹਿਲਾਂ ਦਾਣਾ ਤਿਆਰ ਕਰ ਲੈਣਾ ਹੈ ਠੀਕ ਹੈ ਜੀ ਦਾਣਾ ਦਾ ਆਪਣਾ ਤਿਆਰ ਹੋ ਗਿਆ ਆ ਉਸ ਤੋਂ ਬਾਅਦ ਆਪਾਂ ਕੀ ਕਰਨਾ ਆ ਇੱਕ ਕੜਾਹੀ ਲੈਣੀ ਆ ਕੜਾਹੀ ਦੇ ਵਿੱਚ ਆਪਾਂ ਚੀਨੀ ਪਾਣੀ ਆ ਜਿੱਦਾਂ 1 ਕਿਲੋ ਬੇਸਨ ਆ ਤਾਂ ਉਹਦੇ ਵਿੱਚ 1 ਕਿਲੋ ਸਵਾ ਕਿਲੋ ਚੀਨੀ ਪਾ ਕੇ ਤੇ ਇਹਦਾ ਕਿਲੋ ਚੀਨੀ ਨੂੰ ਅੱਧਾ ਕਿਲੋ ਪਾਣੀ ਪਾ ਲੈਣਾ ਆ ਆਪਾਂ ਠੀਕ ਹੈ ਜੀ ਉਹਨੂੰ ਮਿਕਸ ਕਰਨਾ ਆ ਮਿਕਸ ਕਰਕੇ ਤੇ ਉਹਨੂੰ ਮਤਲਬ ਪੂਰਾ ਵਾਲਾ ਦੇਣਾ ਹੈ ਜਦ ਤੱਕ ਆਪਣੀ ਚਾਣੀ ਵਾਲਾ ਨਹੀਂ ਆਉਂਦੀ ਹੈ ਕਿ ਜਦ ਤੱਕ ਉਹਦੇ ਵਿੱਚ ਆਪਾਂ ਕੁਝ ਨਹੀਂ ਉਹਨੂੰ ਮੂਵਮੈਂਟ ਕਰਨੀ ਹੈ ਕਿ ਸਿਰਫ ਇਹ ਹੈ ਕਿ ਜਦੋਂ ਆਪਾਂ ਉਹਦੇ ਵਿੱਚ ਪੱਠੀ ਜਲਾਉਣ ਤੋਂ ਪਹਿਲਾਂ ਇਹਦੇ ਵਿੱਚ ਪਾਣੀ ਜ਼ਰੂਰ ਪਾਉਣਾ ਹੈ ਜੇ ਤੁਸੀਂ ਪਹਿਲਾਂ ਪੱਠੀ ਜਲਾਤੀ ਪਾਣੀ ਨਹੀਂ ਪਾਇਆ ਹੈਗਾ ਤੇ ਫਿਰ ਖੰਡ ਇੱਕਦਮ ਹਲਕੀ ਜਿਹੀ ਵੀ ਥੱਲੇ ਲੱਗ ਗਈ ਉਹ ਸਾਰੇ ਖੰਡ ਖਰਾਬ ਜਾਣੀਆਂ ਫਿਰ ਤੁਹਾਡੇ ਲੱਡੂ ਸਾਰੇ ਖਰਾਬ ਜਾਣੇ ਇਸ ਕਰਕੇ ਸਭ ਤੋਂ ਪਹਿਲਾਂ ਪਾਣੀ ਪਾਣਾ ਹੈ ਤੇ ਉਹਨੂੰ ਚੀਨੀ ਦੇ ਵਿੱਚ ਤੇ ਉਹਨੂੰ ਮਿਕਸ ਕਰਨਾ ਹੈ ਜਦ ਲੱਗਦਾ ਹੈ ਕਿ ਥੋੜਾ ਜਿਹਾ ਆਪਾਂ ਖੰਡ ਚੱਲ ਪਈ ਆਪਣੀ ਇੱਕ ਜਗ੍ਹਾ ਨਹੀਂ ਸਟਕ ਹੈਗੀ ਤੇ ਆਪਾਂ ਉਹਨੂੰ ਫੇਰ ਪੱਠੇ ਚਲਾ ਦੇਣੀ ਆ ਠੀਕ ਆ ਜੀ ਹੌਲੀ 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 ਜਿਆਦਾ ਤੇਜ਼ ਨਹੀਂ ਜਲਾਣੀ ਹੈਗੀ ਪੱਠੀ ਸਟਾਰਟਿੰਗ ਦੇ ਵਿੱਚ ਕਿਉਂਕਿ ਜੇ ਬੰਦਾ ਬੰਦੇ ਨੂੰ ਪਤਾ ਹੈ ਕਿ ਕਿਤਾ ਪ੍ਰੋਪਰ ਕੰਮ ਕਰਦੇ ਆ ਨਾ ਉਹ ਫੇਰ ਚਲਾ ਸਕਦਾ ਹੈ ਜਦ ਤੈਂ ਤੇ ਜੇ ਤੁਸੀਂ ਪਹਿਲੀ ਵਾਰ ਬਣਾ ਰਹੇ ਹੋ ਤੁਹਾਡਾ ਐਨ ਐਕਸਪੀਰੀਅੰਸ ਨਹੀਂ ਹੈਗਾ ਤੇ ਇਸ ਕਰਕੇ ਫੇਰ ਥੋੜਾ ਸੇਕ ਰੱਖਣਾ ਹੈ ਜਦੋਂ ਤੁਹਾਨੂੰ ਲੱਗ ਗਿਆ ਪੂਰਾ ਖੁੱਲ ਗਿਆ ਤੇ ਆਪਣੀ ਖੰਡ ਜੜੀ ਆ ਉਹਨੂੰ ਵਾਲਾ ਆਣ ਲੱਗਾ ਆ ਫੇਰ ਕੀ ਕਰਨਾ ਸਰੋਂ ਫੁੱਲਾ ਲੈ ਲੈਣਾ ਤੁਸੀਂ ਰੰਗ ਲੈਣਾਣਾ ਤੇ ਆਪਣੇ ਅਕੋਰਡਿੰਗ ਟੂ ਤੁਹਾਡੇ ਕਿੰਨੇ ਕ ਘਾਣਾ ਆਇਆ ਹੈ ਉਸ ਸਾਧਨ ਨਾਲ ਇੱਕ ਚਮਚਾ ਜਾਂ ਦੋ ਚਮਚਾ ਤੇ ਤੁਸੀਂ ਉਹਦੇ ਵਿੱਚ ਰੰਗ ਪਾ ਸਕਦੇ ਆ ਥੋੜਾ ਰੰਗ ਵੀ ਪਾ ਸਕਦੇ ਆ ਪਹਿਲਾਂ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਹੋਰ ਰੰਗ ਥੋੜਾ ਜਿਹਾ ਪਾਣਾ ਹੈ ਬਾਅਦ ਵਿੱਚ ਚੈੱਕ ਕਰਕੇ ਵੀ ਪਾ ਸਕਦੇ ਆ ਇਦਾਂ ਦਾ ਕੋਈ ਚੱਕਰ ਨਹੀਂ ਆ ਕਿ ਰੰਗ ਪਹਿਲਾਂ ਪਾਣਾ ਜਾਂ ਬਾਅਦ ਚ ਪਾਣਾ ਇਦਾਂ ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਠੀਕ ਹੈ ਜੀ ਲਓ ਆਪਣੀ ਖੰਡ ਵੀ ਬਣ ਗਈ ਆ ਛਾੜੀ ਬਣ ਗਈ ਆ ਛਾਣੀ ਦੇ ਨਾਲ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦਾਣਾ ਤੇ ਜੋ ਕਿ ਆਪਾਂ ਇੱਕ ਪਹਿਲਾ ਦਾਣਾ ਜਿਹੜੀ ਬੁੰਦੀ ਆ ਵੀ ਉਹਨੂੰ ਦੱਸਿਆ ਹੈ ਕਿ ਬੇਸਨ 'ਚ ਘੋਲ ਕੇ ਤੇ ਆਪਾਂ ਚਾਣੀ ਵਿੱਚ ਚੱਕ ਕਰ ਲੈਣੀ ਜਿੱਦਾਂ ਜ਼ਿਆਦਾ ਗਾੜ੍ਹੀ ਨਾ ਹੋਵੇ ਜੇ ਜਿੱਦਾਂ ਠੰਡ ਦਾ ਮੌਸਮ ਆ ਤਾਂ ਥੋੜੀ ਜਿਹੀ ਪਤਲੀ ਰੱਖਣੀ ਹੈ ਥੋੜੀ ਜਿਹੀ ਜੇ ਗਰਮੀ ਦਾ ਮੌਸਮ ਆ ਤਾਂ ਹਲਕੀ ਜੀ ਤੇਜ਼ ਰੱਖਣੀ ਖੰਡ ਠੀਕ ਆ ਜੀ ਹਵਾਲਾ ਆ ਗਿਆ ਆ ਤੇ ਨਾਲ ਉਸ ਵਿੱਚ ਦਾਣਾ ਜਿੰਨਾ ਵੀ ਹੋਣਾ ਸਾਰਾ ਇਕਨ ਮਿਕਸ ਕਰ ਦੇਣਾ ਦਾਣਾ ਪਾ ਕੇ ਹੌਲੀ 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 ਜਿੱਦਾਂ ਆਹ ਦੇਖੋ ਜੀ ਦਾਣਾ ਫਰੈਸ਼ ਦਾਣਾ ਬਣਾਇਆ ਆ ਆਪਾਂ ਉਹ ਇਹ ਬਿਜਾਰੂ ਨਹੀਂ ਹੈਗਾ ਦਾਣਾ ਆਹ ਲਓ ਜੀ ਫ੍ਰੈਸ਼ ਦਾਣਾ ਪੂਰਾ ਪਾ ਕੇ ਉਹਦੇ ਵਿੱਚ ਤੇ ਚਾਣੀ ਦੇ ਵਿੱਚ ਫਿਰ ਉਹਨੂੰ ਮਿਕਸ ਕਰੀ ਜਾਣਾ ਚਰਨੀ ਦੇ ਨਾਲ ਜੇ ਚਰਨੀ ਨਹੀਂ ਹੈਗੀ ਖੁੰਚਰਾ ਵੀ ਮਿਕਸ ਕਰ ਸਕਦੇ ਹੋ ਆਹ ਲਓ ਜੀ ਪਹਿ ਗਿਆ ਆਪਣਾ ਦਾਣਾ ਪੂਰਾ ਪ੍ਰਾਤ ਰੱਖ ਦੇਣੀ ਹੈ ਪਿੱਛੇ ਜੇ ਕੋਈ ਸ਼ਿਕਾਇਤ ਨਹੀਂ ਕਿ ਜਿਹੜੀ ਪ੍ਰਾਤ ਉਹਨਾਂ ਇਕੱਲਿਆਂ ਨੇ ਜੱਕਣੀ ਹੈਗੀ ਨਾਲ ਜੇ ਤੁਹਾਡੇ ਕੋਲ ਉੱਥੇ ਕੋਈ ਪਰਸਨ ਹੈਗਾ ਤਾਂ ਉਹਨੂੰ ਕਹਿ ਦਿਓ ਕਿ ਹੈਲਪ ਕਰ ਦੋ ਜਿੱਦਾਂ ਤਾਂ ਕਿ ਬਾਜਵੇ ਲਈ ਕੀ ਹੁੰਦਾ ਤੇਲ ਲੱਗੇ ਹੁੰਦਾ ਨਾ ਕੜਾਹੀ ਆਪਣੀ ਪ੍ਰਾਤ ਸਲਿੱਪ ਕਰ ਜਾਂਦੀ ਹੁੰਦੀ ਹੈ ਠੀਕ ਹੈ ਜੀ ਤੇ ਬਾਕੀ ਬਾਅਦ ਵਿੱਚ ਇਸ ਨੂੰ ਮਿਕਸ ਕਰਨ ਲੱਪਣਾ ਜਿਆਦਾ ਇਹਦੇ ਵਿੱਚ ਆਪਾਂ ਚਾਣੀ ਦੇ ਵਿੱਚ ਗੁੰਦੀ ਪੂਰੀ ਪੈ ਗਈ ਉਸ ਨੂੰ ਇਸ ਤਰ੍ਹਾਂ ਮਿਕਸ ਕਰੀ ਜਾਣਾ ਹੈ ਤੇ ਮਿਕਸ ਜਦ ਤੱਕ ਕਰਨਾ ਹੈ ਜਦ ਤੱਕ ਚੰਗੀ ਤਰ੍ਹਾਂ ਮਿਕਸ ਨਾ ਹੋ ਜਵੇ ਜਦ ਤੱਕ ਇਹਨੂੰ ਉਬਾਲਾ ਨਾ ਆ ਜਾਵੇ ਪੂਰਾ ਚੰਗੀ ਤਰ੍ਹਾਂ ਜਦ ਇਹਨੂੰ ਉਬਾਲਾ ਆ ਜਾਣਾ ਹੈ ਤੇ ਆਓ ਜੀ ਨੇ ਪੱਟੀ ਬੰਦ ਕਰ ਦੇਣੀ ਹੈ ਫਿਰ ਨਹੀਂ ਵੱੱਠੀ ਚાલુ ਰੱਖਣੀ ਹੈ ਠੀਕ ਹੈ ਜੀ ਇਸ ਤਰ੍ਹਾਂ ਇਹਨੂੰ ਮਿਕਸ ਕਰੀ ਜਾਣਾ ਦਾਣੇ ਨੂੰ ਸਟਾਪ ਨਹੀਂ ਕਰਦਾ ਹੈਗਾ ਕਿਉਂਕਿ ਇਹ ਸਟਾਪ ਕਰਤਾ ਤੇ ਥੱਲੇ ਕਿਉਂਕਿ ਪੱਟੀ ਚੱਲਦੀ ਪਈ ਆ ਫਿਰ ਤੇ ਤਾਂ ਹੁਣ ਮੈਨੂੰ ਲੱਗ ਗਿਆ ਕਿ ਥੋੜਾ ਜਿਹਾ ਰੰਗ ਘਟਵਾ ਤੇ ਮੈਂ ਪਹਿਲੇ ਰੰਗ ਪਾਤਾ ਜਦਾ ਇਸ ਕਰਕੇ ਆਪ ਜੀ ਨੇ ਦੇਖ ਲੈਣਾ ਜੇ ਆਪ ਜੀ ਨੂੰ ਲੱਗਦਾ ਰੰਗ ਘਟਵਾ ਤਾਂ ਆਪ ਜੀ ਰੰਗ ਪਾ ਸਕਦੇ ਹੋ ਇਹ ਨਾਲ ਦੇ ਨਾਲ ਠੀਕ ਹੈ ਜੀ ਹੁਣ ਬਸ ਆਪਣੇ ਲੱਡੂ ਹੋਣ ਵਾਲੇ ਹੀ ਆ ਤਿਆਰ ਬੁੰਦੀ ਲੱਗ ਜਾਣੀ ਮਿੱਠਾ ਲੱਗ ਗਿਆ ਇੱਕ ਵਾਰ ਮਿੱਠਾ ਲਾ ਕੇ ਇਹਨੂੰ ਮਤਲਬ ਕਿ ਥੋੜਾ ਟਾਈਮ ਇਹਨੂੰ ਇੱਧੇ ਛੱਡ ਦੇਣਾ ਜਿੱਦਾਂ ਜਿਆਦਾ ਵਾਲਾ ਆ ਗਿਆ ਇਹਨੂੰ 5-10 ਮਿੰਟ ਇੱਧੇ ਛੱਡ ਦੇਣਾ ਜਿੱਦਾਂ ਫਿਰ ਇਹਨੂੰ ਫੇਰ ਤੇ ਨਹੀਂ ਉਹਦਾ ਇਹ ਹੁੰਦਾ ਹੈ ਕਿ ਜਿਹੜੀ ਜਿੱਦਾਂ ਫੋਕੀ ਬੁੰਦੀ ਹੁੰਦੀ ਆ ਜਿੱਥੇ ਮਿੱਠਾ ਨਹੀਂ ਰਚ ਹੁੰਦਾ ਤਾਂ ਉਹਦਾ ਜਿਹੜਾ ਮਿੱਠਾ ਚਲ ਜਾਂਦਾ ਹੈ ਇੱਕਸਾਰ ਹੋ ਜਾਂਦਾ ਮਿੱਠਾ ਠੀਕ ਹੈ ਜੀ ਮਸੈੜਾ ਤੋਂ ਹਲਾਈ ਜਾਣਾ ਵਿੱਚੋਂ ਹਲਾਈ ਜਾਣਾ ਹਲਾ ਕੇ ਪ੍ਰੋਪਰ ਵੇਦ ਨਾਲ ਇਹਨੂੰ ਮਿਕਸ ਕਰੀ ਜਾਣਾ ਹੈ ਮਿਕਸ ਕਰਕੇ ਤੇ ਇੱਕ ਜੀ ਤਾਂ ਉਹ ਤਿਆਰ ਰੱਖਣਾ ਜਿਹੜੇ ਪੋਣੀਆਂ ਨੂੰ ਐ ਤਾਂ ਖੜੀ ਰੱਖਣੀ ਆ ਜੇ ਆਪ ਜੀ ਨੇ ਜਦੋਂ ਤੇ ਛੱਡਣੀ ਆ ਤਾਂ ਇਹਨੂੰ ਛੋਟੇ ਦੂਜੇ ਤਾਂ ਛੋਟੇ ਲੋਟ ਨਹੀਂ ਜਿੱਦਾ ਇਹਨੂੰ ਛੱਡਣਾ ਉਹ ਦਾ ਕਾਰਨ ਇਹ ਕਿ ਜੇ ਛੋਟੇ ਨੂੰ ਛੱਡਤੀ ਜਿਹੜਾ ਇਹਦਾ ਥੱਲੜਾ ਪਾਸਾ ਆ ਚਾਹ ਬਣੀ ਪੋਣੀ ਦਾ ਉਹ ਵੀ ਕੀ ਹੁੰਦਾ ਦਾਣਾ ਜਿਹੜਾ ਹੁੰਦਾ ਨਾਲ ਨਾਲ ਉਹ ਫਿਰ ਥੱਲੇ ਸਟਾ ਕੇ ਰੱਖਦਾ ਉਹਦੇ ਨਾਲ ਸੜਾਈ ਦੇ ਨਾਲ ਉੱਥੋਂ ਵੀ ਥੱਲੇ ਲੱਗ ਜਾਂਦੇ ਲੱਡੂ ਐਦਾਂ ਨਹੀਂ ਰੱਖਣੀਗੇ ਥੱਲੇ ਜਿੱਦਾਂ ਖਾੜੇ ਚ ਰੱਖਣੀ ਪੋਣੀਆਂ ਤੇ ਕਹਣ ਵਾਲਾ ਆਣ ਲੱਗਾ ਆ ਤੇ ਜਦ ਵੀ ਵਾਲ ਆਂਦਾ ਆਪਾਂ ਦੇਖ ਕੇ ਦਾਣਾ ਇੱਕ ਵਾਰ ਚੈੱਕ ਕਰਕੇ ਤੇ ਆਪਾਂ ਨੂੰ ਲੱਗਾ ਹਲਕਾ ਜਿਹਾ ਮੁਲਾਇਮ ਹੋ ਗਿਆ ਤਾਂ ਆਪਾਂ ਵੀ ਪੱਟੀ ਬੰਦ ਕਰ ਦੇਣੀ ਜ਼ਿਆਦਾ ਨਹੀਂ ਮੁਲਾਇਮ ਕਰਨਾ ਹੈਗਾ ਕਿਉਂਕਿ ਪਿਆ ਪਿਆ ਵੀ ਜਿੱਦਾਂ ਇਹ ਹੋ ਜਾਂਦਾ ਜਿੱਦਾਂ ਉਹ ਦੇਖੋ ਪਣਾ ਹੋ ਗਿਆ ਸੀਗਾ ਆਪਾਂ ਉਹਨੂੰ ਥੋੜਾ ਟਾਈਮ ਦਮ ਕਰਦਾ ਤੇ ਦਮ ਕਰਕੇ ਆਪਾਂ ਹੁਣ ਇਹਨੂੰ ਉਹ ਦੇਖੋ ਜੀ ਥੋੜਾ ਕਾਠਾ ਹੋ ਗਿਆ ਉਹਦੇ ਨਾਲ ਕੀ ਕਰਨਾ ਆਪਾਂ ਫਿਰ ਇਹਨੂੰ ਵਾਲਟਕੇ ਤੇ ਜੋ ਵੀ ਪਾਣਾ ਆ ਤੁਸੀਂ ਇਲਾਚੀਆਂ ਪਾਣੀਆਂ ਲੌਂਗ ਜੋ ਵੀ ਲੌਂਗ ਤਾਂ ਜਲ ਨਹੀਂ ਵੀ ਪਾਉਂਦੇ ਕੋਈ ਇਲਾਚੀ ਦਾਣਾ ਪਾਉਂਦੇ ਹੁੰਦੇ ਆ ਤੇ ਕਾਲੀ ਮਿਰਚ ਵੀ ਕੋਈ ਕੋਈ ਪਾ ਦਿੰਦਾ ਮਗਜ਼ ਪਾ ਸਕਦੇ ਹੋ ਤੇ ਪਾ ਕੇ ਤੇ ਆਪ ਜਿਹੜੇ ਲੱਡੂ ਬੱਢ ਸਕਦੇ ਇਸ ਤਰ੍ਹਾਂ ਲੱਡੂ ਬੱਢ ਸਕਦੇ ਆ ਜੀ ਤੇ ਆਪ ਜੀ ਦੱਸਿਓ ਆਪ ਜੀ ਨੂੰ ਕਿੱਦਾਂ ਦੀ ਲੱਗੀ ਜੀ ਅੱਜ ਦੀ ਲੱਡੂਆਂ ਦੀ ਰੈਸਪੀ ਤੇ ਨਾਲ ਦੇ ਨਾਲ ਮੇਰੇ ਹੋਰ ਵੀਡੀਓ ਨੂੰ ਵੀ ਦੇਖਿਆ ਕਰੋ ਤੇ ਨਾਲ ਦੇ ਨਾਲ ਸ਼ੇਅਰ ਕਰਿਆ ਕਰੋ ਤੇ ਜਿਹੜੇ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈਗਾ ਉਹ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਹੋਰ ਵੀਡੀਓ ਦੇਖਣ ਵਾਸਤੇ ਤੇ ਆਪਜੀ ਸੇਵਾ ਦੇ ਵਿੱਚ ਮੈਂ ਦੀਪਾ ਬੀਤਵਾਲਾ ਤੁਹਾਨੂੰ ਬਤ ਕਰਦਾ ਜੀ ਥੈਂਕ